ਦੋਸਤੋ ਗੁੱਡ ਮਾਰਨਿੰਗ ਬਾਈਸਲ ਫਾਰਸੀ ਮੋਟਨ ਔਰ ਇਸ ਵਤ ਪਾ ਖੜੇ ਹੈ ਸ਼ੂਟਿੰਗ ਪੁਆਇੰਟ ਤੇ ਸ਼ਕੁੰਤਲਮ ਫਾਰਮ ਹਾਊਸ ਤੇ ਔਰ ਇਹ ਫਾਰਮ ਹਾਊਸ ਜਿੱਥੇ ਬਣਾ ਹੈ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਲੋਕੇਸ਼ਨ ਜੋ ਹੈ ਉਹ ਬਹੁਤ ਹੀ ਜ਼ਬਰਦਸਤ ਹੈ ਸ਼ਾਨਦਾਰ ਲੋਕੇਸ਼ਨ ਦੇਖਣ ਨੂੰ ਬੜਾ ਅੱਛਾ ਲੱਗ ਰਿਹਾ ਹੈ ਔਰ ਅੱਜ ਮੈਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਐਸੇ ਕਿਰਦਾਰ ਦੇ ਨਾਲ ਜਿਨ੍ਹਾਂ ਨੇ ਆਪਣੇ ਦਮ ਤੇ ਸੀਰੀਅਲ ਨੂੰ ਸ਼ਿਖਰ ਤੇ ਪਹੁੰਚਾਇਆ ਹੈ। ਔਰ ਬਹੁਤ ਹੀ ਸ਼ਾਨਦਾਰ ਪਰਸਨਲਿਟੀ ਦੇ ਮਾਲਕ ਨੇ ਉਹ ਮੇਰੀ ਮਰਾਦ ਹੈ। ਸਰ ਦਲਬੀਰ ਸਿੰਘ ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ। ਆ ਸਰ ਮੈਨੂੰ ਪਤਾ ਹੈ ਕਿ ਤੁਸੀਂ ਗੀਟੋਲੀ ਸੀਰੀਅਲ ਵਿੱਚ ਕੰਮ ਕਰ ਰਹੇ ਹੋ। ਤੇ ਸਰ ਦੱਸਣਾ ਚਾਹੂੰਗਾ ਮੈਂ ਕਿ ਤੁਹਾਡਾ ਉਹਦੇ ਵਿੱਚ ਕੀ ਕਿਰਦਾਰ ਹੈ? ਔਰ ਤੁਸੀਂ ਮਤਲਬ ਆਪਣੇ ਇਸ ਕੰਮ ਦੇ ਵਿੱਚ ਕੀ ਕਰ ਰਹੇ ਹੋ ਕੀ ਅੱਗੇ ਕੀ ਕਰਿਆ ਮੈਂ ਗੀਟ ਟੋਲੀ ਦੇ ਵਿੱਚ ਜੇ ਕਿ ਮਹਰਾ ਦਾ ਕਿਰਦਾਰ ਪਲੇ ਕਰ ਰਿਹਾ ਹਾਂ ਜੇ ਕਿ ਮਹਰਾ ਯੈਸ ਓਕੇ ਓਕੇ ਔਰ ਸਾਰਿਆਂ ਨੇ ਦੇਖਣ ਵਾਲੇ ਜਿੰਨੇ ਵੀ ਸੱਜਣ ਮਿੱਤਰ ਨੇ ਜੀ ਜੀ ਆਡੀਅנס ਹੈ ਜੀ ਸਭ ਨੇ ਬਹੁਤ ਪਿਆਰ ਦਿੱਤਾ ਹੈ ਓਕੇ ਉਮੀਦ ਕਰਦਾ ਕਿ ਵੀ ਉਸੇ ਤਰ੍ਹਾਂ ਹੀ ਪਿਆਰ ਮਿਲਦਾ ਰਹੇਗਾ ਓਕੇ ਔਰ ਇਹ ਸਾਡੇ ਸੀਰੀਅਲ ਨੂੰ ਜਨਤਾ ਨੇ ਸਿਰ ਮੱਥੇ ਤੇ ਰੱਖਿਆ ਔਰ ਬਹੁਤ ਅੱਛੀ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਅੱਛਾ ਜੀ ਕਿਹਦਾ ਤੁਸੀਂ ਕਿੱਥੋਂ ਬਲੌਂਗ ਕਰਦੇ ਮੈਂ ਲੁਧਿਆਣੇ ਤੋਂ ਬਲੌਂਗ ਕਰਦਾ ਹਾਂ ਦੇਖੋ ਤੁਹਾਡਾ ਨਾਮ ਇਹਨਾਂ ਮਸ਼ਹੂਰ ਹੋ ਗਿਆ ਮੈਂ ਵੀ ਜੇ ਕੇ ਜੇ ਕੇ ਐਕਚੁਅਲੀ ਮੈਂ ਦੱਸਦਾ ਮੇਰਾ ਅਸਲੀ ਨਾਮ ਜਿਹੜਾ ਦਲਵੀਰ ਸਿੰਘ ਹੈ ਓਕੇ ਓਕੇ ਨਿਕ ਨੇਮ ਬਬਲੀ ਹੈ ਬਬਲੀ ਕੀ ਬਾਤ ਹੈ ਹਾਂਜੀ ਅੱਛਾ ਖੂਬ ਖੂਬ ਔਰ ਯਕੀਨ ਕਰਿਓ ਮੇਰੇ ਇਸ ਨਾਮ ਤੋਂ ਜੀ ਜੀ ਕੋਈ ਨਹੀਂ ਮੈਨੂੰ ਹੁਣ ਇਸ ਵਕਤ ਜਾਣਦਾ ओके हां जिन्ने ਵੀ ਸੱਜਣ ਮਿੱਤਰ ਹੈ ਜੀ ਉਹ ਸਾਰੇ ਇਸ ਵੇਲੇ ਜੇ ਕਿ ਮਹਿਰਾ ਦੇ ਨਾਮ ਤੋਂ ਹੀ ਜਾਣਦੇ ਨੇ ਮੈਨੂੰ ਕਾਲ ਵੀ ਜੇ ਕਿ ਮੈਰਾ ਕਹ ਕੇ ਹੀ ਬੁਲਾ ਕੀਤਾ ਜਾਂਦਾ ਹੈ। ਕੀ ਬਾਤ ਹੈ। ਜਨਨ ਕਿ ਰੋਲ ਵਿੱਚ ਤੁਸੀਂ ਛੰਡੇ ਕਰ ਦਿੱਤੇ ਹੈ। اچھا ਇੱਕ ਹੋਰ ਜਾਨਣਾ ਚਾਹੂੰਗਾ ਕਿ ਤੁਹਾਡੇ ਇਸ ਐਪੀਸੋਡ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਵੀ ਕਲਾਕਾਰ ਨੇ ਕੀ ਨਾਂ ਨੇ ਉਹਨਾਂ ਦੇ ਤੇ ਕਿਸ ਤਰ੍ਹਾਂ ਦੇ ਕਲਾਕਾਰ ਨੇ ਉਹ ਦੱਸੋਗੇ ਜਰਾ? ਨਹੀਂ ਮੈਂ ਤੁਹਾਨੂੰ ਮੈਂ ਸਹੀ ਦੱਸਾਂ। ਜੀ ਜੀ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਕਲਾਕਾਰ ਨਹੀਂ ਸਭ ਗਵਰਨਮੈਂਟ ਜੌਬ ਕਰਨ ਵਾਲੇ ਨੇ ਮੇਰੇ ਫਾਦਰ ਪੁਲਿਸ ਚ ਸੀਗੇ ਓਕੇ ਤੇ ਉਹ ਇਸ ਚੀਜ਼ ਤੋਂ ਨਫ਼ਰਤ ਵੀ ਕਰਦੇ ਸੀਗੇ ਓਕੇ ਮੈਨੂੰ ਹਮੇਸ਼ਾ ਕਹਿੰਦੇ ਸੀ ਕਹਿੰਦੇ ਬਬਲੀ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਰਿਆ ਹੈ ਇਹ ਛੱਡ ਦੇ ਇਸ ਲਾਈਨ ਨੂੰ ਕੁਝ ਨਹੀਂ ਪਿਆ ਜੀ 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 ਤੇ ਮੈਂ ਸ਼ਾਇਦ ਉਹਨਾਂ ਦੀ ਗੱਲ ਉਸ ਵਕਤ ਤਵੱਜਹ ਨਹੀਂ ਦੇਤੀ ਜੀ ਤੇ ਆਫਟਰ ਲੌਂਗ ਟਾਈਮ ਮੈਂ ਇਹਨੂੰ ਮਹਿਸੂਸ ਕੀਤਾ ਕਿ ਜੀ 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 ਉਹਨਾਂ ਦਾ ਕਹਿਣਾ ਮਨ ਲੈਂਦਾ ਤਾਂ ਅੱਛਾ ਸੀ ਲੇਕਿਨ ਫੇਰ ਵੀ ਮੈਨੂੰ ਹੁਣ ਕੋਈ ਦੁੱਖ ਨਹੀਂ ਹੈ ਕਿਉਂਕਿ ਗੀਤ ਟੋਲੀ ਨੇ ਮੇਰੀ ਸਾਰੀ ਛਾਵਾ ਪੂਰੀਆਂ ਕਰ ਦਿੱਤੀਆਂ ਨੇ ਜਿਹੜੀਆਂ ਮੈਂ ਸੋਚਦਾ ਹੁੰਦਾ ਸੀ ਕਿ ਮੇਰਾ ਨਾਮ ਹੋਵੇ ਪਛਾਣ ਹੋਵੇ ਇੱਕ ਲੋਕਾਂ ਦੀ ਭੀੜ ਤੋਂ ਹਟ ਕੇ ਮੈਂ ਕੁਝ ਕਰਨਾ ਚਾਹੁੰਦਾ ਸੀਗਾ ਓਕੇ 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 ਓਹੋ ਹੋ ਗਿਆ ਅੱਛਾ ਸਰ ਇੱਕ ਹੋਰ ਪੁੱਛਣਾ ਚਾਹੂੰਗਾ ਜੀ ਕਿ ਜੇ ਕਿ ਮੇਰੇ ਦੇ ਪਰਿਵਾਰ ਦੇ ਵਿੱਚ ਕਿੰਨੇ ਕ ਪੱਤਰ ਨੇ ਔਰ ਕੈਸੇ ਕੈਸੇ ਪਾਤਨ ਨੇ ਆ ਮੇਰੀ ਮਿਸਿਸ ਹੈ ਮੇਰੀ ਦੋ ਬੱਚੀ ਨਹੀਂ ਨਹੀਂ ਸੌਰੀ ਸੌਰੀ ਕਹੂੰਗਾ ਮੈਂ ਜੇ ਕਿ ਮੇਰਾ ਮੀਨਸ ਜੀ ਟੋਲੀ ਦੇ ਉਹਦੇ ਵਿੱਚ ਵੀ ਸਾਡੇ ਨਾਲ ਕੁਝ ਹੈਗੇ ਕਲਾਕਾਰ ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਉਹਦੇ ਵਿੱਚ ਸਭ ਜਿੰਨੇ ਵੀ ਸਾਡੇ ਕਲਾਕਾਰ ਹਨ ਜੀ ਸਾਡੇ ਜਿਵੇਂ ਸਾਡੀ ਗੀਤ ਹੈ ਮਲਹਾਰ ਹੈ ਕਮੋ ਹੈ ਤਾਨਿਆ ਆਂਚਲ ਗਿੰਨੀ ਪਰਲ ਜੀ 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 ਔਰ ਮੇਰੇ ਬੀਜੀ ਸਪੈਸ਼ਲ ਅੱਛਾ 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 ਕਿਆ ਬਾਤ ਹੈ ਕਿਆ ਬਾਤ ਜਿਨ੍ਹਾਂ ਨਾਲ ਮੇਰੀ ਹਮੇਸ਼ਾ ਲੜਾਈ ਚੱਲਦੀ ਰਹਿੰਦੀ ਹੈ ਅਰੇ ਅਰੇ ਵਾਹ ਕਿਆ ਬਾਤ ਹੈ ਤੇ ਮੇਰੇ ਸਭ ਤੋਂ ਪਿਆਰੇ ਮਿੱਤਰ ਕੋਈ ਇਸ ਫਿਲਮ ਦੇ ਵਿੱਚ ਇਸ ਸੀਰੀਅਲ ਦੇ ਵਿੱਚ ਸੌਰੀ ਇਸ ਸੀਰੀਅਲ ਦੇ ਵਿੱਚ ਕੈਰੈਕਟਰ ਪਲੇ ਕਰ ਰਹੇ ਨੇ ਸੁਰਜੀਤ ਸਿੰਘ ਢੋਲੀ ਮੇਰੇ ਯਾਰ ਮਿੱਤਰ ਆਾ ਸ਼ੁਕਰੀਆ ਸ਼ੁਕਰੀਆ ਇਹਨਾਂ ਨੇ ਬਹੁਤ ਵਧੀਆ ਕੈਰੈਕਟਰ ਪਲੇ ਕੀਤਾ ਹੈ ਔਰ ਕਲਾ ਇੱਕ ਬੰਦੇ ਦੇ ਸਿਰ ਤੇ ਕੋਈ ਸੀਰੀਅਲ ਹਿੱਟ ਨਹੀਂ ਹੁੰਦਾ ਜੀ ਇਹ ਸਾਰੇ ਸੱਜਣ ਮਿੱਤਰ ਨੇ ਰੌਕੀ ਹੈ ਤੇ ਪਵਨ ਗੁੰਤੀ ਮਾਨ ਜੀ ਨੇ ਜੀ 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 ਦਿੱਗਜ ਕਲਾਕਾਰਾਂ ਸਾਰੇ ਬਹੁਤ ਵਧੀਆ ਕਲਾਕਾਰ ਨੇ ਸਭ ਨੇ ਆਪਣੀ ਆਪਣੀ ਜਗ੍ਹਾ ਨੇ ਵਧੀਆ ਛਾਪ ਛੱਡੀ ਹੈ ਜੀ ਉਹ ਸਾਰੇ ਕੈਰੈਕਟਰ ਨੇ ਹਿੱਟ ਹੋ ਗਏ ਨੇ ਨਾ ਮਤਲਬ ਲੋਕੋ ਨਾ ਉਹ ਨਾ ਉਹਨਾਂ ਦੇ ਅਸਲੀ ਨਾਮ ਤੋਂ ਘਟਦੇ ਹੁਣ ਉਹ ਕੈਰੈਕਟਰਸ ਦੇ ਨਾਮ ਤੋਂ ਜਿਵੇਂ ਜੇ ਕਿ ਮੈਰਾ ਜਿਵੇਂ ਜੇ ਕਿ ਮੈਰਾ ਉਹਦੇ ਡਾਇਮੰਡ ਰੋਕੀ ਕੀ ਬਾਤ ਹੈ ਉਹ ਉਸੇ ਤਰ੍ਹਾਂ ਇਹਨਾਂ ਨੂੰ আচ্ছা ਸਰ ਹੋਰ ਵੀ ਪਹਿਲਾਂ ਕਿਤੇ ਕੰਮ ਕੀਤਾ ਕਿਸੇ ਐਸੇ ਹਾਂ ਸਪੈਸ਼ਲ ਮੈ ਜਸਲੀਨ ਜੀ ਬਾਰੇ ਜ਼ਰੂਰ ਕਹੂੰਗਾ ਜਸਲੀਨ ਜੀ ਮੇਰੀ ਮਿਸਿਸ ਦਾ ਕੈਰੈਕਟਰ ਪਲੇ ਕਰ ਰਹੀ ਹੈ ਨੇ ਔਰ ਅਗਰ ਨਹੀਂ ਬੋਲੇ ਨਾ ਤੇ ਉਹ ਡਾਂਟਦੀ ਬਹੁਤ ਓਕੇ 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 ਮੈਨੂੰ ਡਾਂਟਣੋਂ ਤਾਂ ਸਿਮਾਉਂ ਵੀ ਡਾਂਟਦੀ ਹੈ ਮੇਰੀ ਨੋ ਬਨਣ ਵਾਲੀ ਹੈ ਅਰੇ ਵਾਹ ਵਾਹ ਉਹ ਬੰਨਣਾ ਚਾਹਦੀ ਹੈ ਅਸਲ ਵਿੱਚ ਤਾਂ ਮੇਰੀ ਨੋ ਕੀਦੀ ਹੈ ਓਕੇ ਓਕੇ ਨਹੀਂ ਨਹੀਂ ਠੀਕ ਹੈ ਜੀ ਮਤਲਬ ਕਾਫੀ ਅੱਛੇ ਕਲਾਕਾਰਾਂ ਨਾਲ ਤੁਸੀਂ ਕੰਮ ਕਰ ਰਹੇ ਹੋ ਹਾਂ ਬਹੁਤ ਵਧੀਆ ਕਲਾਕਾਰਾਂ ਨਾਲ ਕੰਮ ਕਰਦੇ ਹੋਇਆ ਅੱਛਾ ਲੱਗ ਰਿਹਾ ਹੈ ਬਹੁਤ 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 ਦਿਨ ਰਾਤ ਅਸੀਂ ਜਦ ਸੂਟ ਕਰਦੇ ਹਾਂ ਜੀ ਟੋਲੀ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕਿਹੜੇ ਸੀਰੀਅਲ ਜਾਂ ਫਿਲਮ ਜਾਂ ਕੁਝ ਹੋਰ ਕੁਝ ਐਕਟੀਵਿਟੀ ਕਿਤੇ ਕਰਦੇ ਹੋ ਮੈਂ ਜੀ 89 ਦੇ ਵਿੱਚ ਇਸ ਲਾਈਨ ਦੇ ਵਿੱਚ ਐਂਟਰੀ ਕੀਤੀ ਸੀਗੀ ਉਸ ਵਕਤ ਮੈਂ ਜਿਆਦਾ ਤਵੱਜੋ ਨਹੀਂ ਦਿੱਤੀ ਸੀ ਕਿ ਉਸ ਵਕਤ ਮੈਂ ਫਿਲਮ ਦੇਸ਼ਦ్రోਹੀ ਪੰਜਾਬੀ ਦੇਸ਼ਦ్రోਹੀ ਪੰਜਾਬੀ ਮੂਵੀ ਓਕੇ 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 ਇਹ ਜੋ ਕਿ YouTube ਤੇ ਪਈ ਹੈ ਹੂੰ ਹੂੰ ਉਹਦੇ ਚ ਐਜ਼ ਅ ਸੈਕੰਡ ਹੀਰੋ ਮੈਂ ਕੰਮ ਕੀਤਾ ਸੀਗਾ ਅਰੇ ਵਾਹ 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 ਤੇ ਉਹ ਫਿਰ ਮੈਂ ਕੰਮ ਉਸ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਹੀ ਮੈਂ ਲਾਈਨ ਨਹੀਂ ਛੱਡਤੀ ਸੀਗੀ 25 ਸਾਲ ਤਾਂ ਮੈਂ ਸ਼ਾਇਦ ਇਸ ਲਾਈਨ ਵੱਲ ਦੇਖਿਆ ਵੀ ਨਹੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਫੀਲਡ ਵਿੱਚ ਹਾਂ ਬਈ ਮੈਂ ਦੱਸ ਰਿਹਾ ਨਾ 89 ਦੇ ਵਿੱਚ ਮੈਂ ਐਂਟਰੀ ਕੀਤੀ ਸੀ ਫਿਰ ਹਾਂ 92 ਜਾਂ 90 92 95 ਦੇ ਵਿੱਚ ਵਿੱਚ ਮੈਂ ਇਸ ਲਾਈਨ ਨੂੰ ਅਲਵਿਦਾ ਕਰਤਾ ਸੀ ਜੀ 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 ਆ 3-4 ਸਾਲ ਪਹਿਲਾਂ ਫੇਰ ਦੁਬਾਰਾ ਉਹ ਕਹਿੰਦੇ ਨਾ ਜਿਹੜੀ ਐਕਟਿੰਗ ਹੈ ਉਹ ਕਿਹੜਾ ਮਤਲਬ ਕਿਹੜਾ ਉਛਲਦਾ ਰਹਿੰਦਾ ਉਹ ਕਹਿੰਦੇ ਕਿਹੜਾ ਮਰਦਾ ਨਹੀਂ ਕਹਿੰਦੇ ਉਹ ਮਰਦਾ ਤੁਹਾਨੂੰ ਪਤਾ ਵੀ ਇਹ ਕਿਹੜਾ ਕਿਉਂ ਨਹੀਂ ਮਰਦਾ ਬਾਜੀ ਇਹ ਪਲਾਸਟਿਕ ਦਾ ਕਿਹੜਾ ਸਹੀ ਹੈ ਭਾਜੀ ਇਸ ਕਰਕੇ ਮਰਦਾ ਨਹੀਂ ਹੈ ਮਰਦਾ ਨਹੀਂ ਸਾਰੇ ਕਲਾਕਾਰਾਂ ਨੂੰ ਭਾਜੀ ਇੱਕ ਦੱਸਣਾ ਵੀ ਚਾਹਾਂਗੇ ਕਿ ਸਚਾਈ ਇਹ ਹੀ ਹੈ ਭਾਜੀ ਕਿ ਅੰਦਰ ਜਿਹੜੀ ਕਲਾ ਹੈ ਨਾ ਇਹ ਗੋਡ ਗਿਫਟ ਹੈ ਜੀ ਪ੍ਰਮਾਤਮਾ ਦਾ ਜੀ ਬਿਲਕੁਲ ਕਿ ਹੀ ਹਰ ਬੰਦੇ ਤੇ ਵਸਦੀ ਗੱਲ ਹੈ ਨਹੀਂ ਭਾਜੀ ਔਰ ਮੈਂ ਸਹੀ ਦੱਸਾਂ ਜੀ ਜੀ ਸਪੈਸ਼ਲ ਲੋਕੋ ਹੈ ਜੋ ਇਹ ਕੰਮ ਕਰ ਰਹੇ ਹੋ ਤੇ ਇੱਕ ਮਿੰਟ ਥੋੜਾ ਦਿਖਾਣਾ ਚਾਹਾਂਗਾ ਕਿ ਅਸੀਂ ਜਿਸ ਲੋਕੇਸ਼ਨ ਦਿਖਾ ਰਹੇ ਹਾਂ ਉਹ ਲੋਕੇਸ਼ਨ ਨੂੰ ਵੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗ ਰਹੀ ਹੈ ਲੋਕੇਸ਼ਨ ਵਾਓ ਬਿਊਟੀਫੁਲ ਬਿਊਟੀਫੁਲ ਇਹ ਨੇਚਰਲ ਨੇਚਰਲ ਚੀਜ਼ ਹੈ ਜੀ ਲੋਕੇਸ਼ਨ ਹਾਂ ਜੀ ਹਾਂ ਜੀ ਵਾਓ ਵੈਰੀ ਗੁੱਡ ਬਹੁਤ ਸ਼ੀ ਲੋਕੇਸ਼ਨ ਤੇ ਅੱਜ ਸਵੇਰ ਸਵੇਰ ਦਾ ਟਾਈਮ ਹੈ ਨੀਅਰ ਬਾਊਟ ਕੋਈ ਆਰਟਿਕ ਵੇ ਦਾ ਔਰ ਇਹ ਸਾਡਾ ਫਾਰਮ ਹਾਊਸ ਫਾਰਮ ਹਾਊਸ ਇਸ ਅ ਸ਼ੂਟਿੰਗ ਕਰਦੇ ਜਿੱਤੇ ਅਜੀ ਸ਼ੂਟ ਕਰ ਰਹੇ ਹੈ ਕਿਆ ਬਾਤ ਹੈ ਦੇਖੋ ਦੂਰ ਦੂਰ ਤੱਕ ਫਸਲਾਂ ਲਹਿਰਾ ਰਹੀਆਂ ਨੇ ਇੱਕ ਅੱਛਾ ਮਾਹੌਲ ਬਣਿਆ ਹੋਇਆ ਹੈ ਤਾਜੀ ਆਬੋ ਹਵਾ ਹਾਂ ਬਿਲਕੁਲ ਔਰ ਲੋ ਜੀ ਵਾਪਸ ਜੇ ਕੇ ਮੈ ਰ ਰਹੇ ਤੇ ਮੈਂ ਇੱਕ ਹੋਰ ਕਹਿਣੀ ਚਾਹਾਂਗਾ ਬਿਲਕੁਲ ਸਰ ਬਿਲਕੁਲ ਕਹੋ ਉਹ ਇਹ ਹੈ ਕਿ ਸਾਨੂੰ ਇਥੇ ਤੱਕ ਪਹੁੰਚਾ ਲਈ ਜੀ ਸਾਡੇ ਜੀ ਸਭ ਤੋਂ ਵਧੀਆ ਅਸੀਂ ਬਹੁਤ ਡਾਇਰੈਕਟਰਸ ਨਾਲ ਕੰਮ ਕੀਤਾ ਜਿਹੜੇ ਯਸ ਜੀ ਹੈ ਯਸ ਡਾਇਰੈਕਟਰ ਸਾਹਿਬ ਡਾਇਰੈਕਟਰ ਸਾਹਿਬ ਹਾਂ ਸਲੂਟ ਹੈ ਸਰ ਸਲੂਟ ਹੈ ਮਾਈ ਗੋਡ ਐਨੇ ਮਿਲਨ ਸਰ ਕੋਈ ਉਹਨਾਂ ਦੇ ਸ਼ਿਕਰ ਨਹੀਂ ਅਸੀਂ ਕਈ ਵਾਰ ਐਨੇ ਰੀਟੇਕ ਦੇ ਦਿੰਦੇ ਨੇ ਆਰਟਿਸਟ ਹੋਰ ਵੀ ਹੈ ਬਹੁਤ ਰੀਟੇਕ ਕਰ ਦਿੰਦੇ ਨੇ ਬਿਲਕੁਲ ਬਿਲਕੁਲ ਪਰ ਉਹਨਾਂ ਦੇ ਮੱਥੇ ਤੇ ਮੈਂ ਅੱਜ ਤੱਕ ਕੋਈ ਸ਼ਿਕਰ ਨਹੀਂ ਦੇਖੀ ਬਿਲਕੁਲ ਬਹੁਤ ਖੁਸ਼ੀ ਖੁਸ਼ੀ ਉਹਨਾਂ ਨੂੰ ਸਮਝਾਉਂਦੇ ਨੇ ਤੇ ਦੀਪਕ ਜੀ ਵੀ ਬਹੁਤ ਅੱਛਾ ਨਾਣਾ ਕਰਦੇ ਨੇ ਗੁਰਜੀ ਔਰ ਸਾਰੇ ਨੇ ਬਹੁਤ ਵਧੀਆ ਰਨ ਪਾਰਟਿਸਨ ਨੂੰ ਅੱਛੇ ਤਰੀਕੇ ਨਾਲ ਤੇ ਸਪੈਸ਼ਲ ਥੈਂਕਸ ਫॉर ਸਾਡੇ ਸ਼ੈਲੀ ਸਰ ਜਿਨ੍ਹਾਂ ਨੇ ਪ੍ਰੋਡਿਊਸ ਕੀਤਾ ਸਾਨੂੰ ਅ ਸੀਰੀਅਲ ਵਿੱਚ ਮੌਕਾ ਦਿੱਤਾ ਹੈ ਜੀ 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 ਤੇ ਬਹੁਤ ਵਧੀਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਅੱਛਾ ਅੱਛਾ ਲੱਗ ਰਿਹਾ ਨਾਲ ਕੰਮ ਕਰਕੇ ਜੀ ਜੀ ਬਹੁਤ ਅੱਛੀ ਬਾਤ ਹੈ ਸਰ ਕਿ ਅਸੀਂ ਸਾਰੀ ਪ੍ਰੋਡਕਸ਼ਨ ਦਾ ਔਰ ਜਕੇ ਮਹਿਰਾ ਸਾਹਿਬ ਜੋ ਕਿ ਦਲਬੀਰ ਸਿੰਘ ਜੋ ਲੁਧਿਆਣਾ ਤੋਂ ਨੇ ਕਲਾਕਾਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਮਾਂ ਦਿੱਤਾ ਸਾਨੂੰ ਅ ਸ਼ੁਕਰੀਆ ਸ਼ੁਭਕਾਮਨਾਵਾਂ ਤੇ ਮਿਲਾਂਗੇ ਥੈਂਕ ਯੂ ਵੈਰੀ ਮਚ ਸਸਿਕਾ ਸਸਿਕਾ